ਮੇਰੀ ਇਹਦੇ ਚ ਸਾਰੀ ਕੁਝ ਜਾਂਦੀ ਹੈ ਤੇ ਸਭ ਕੁਝ ਜਾਵੇ, ਸਾਖ ਜਾਂਦੀ ਉਹ ਵੀ ਜਾਵੇ। ਫਿਰ ਉਹ ਜਦ ਤੱਕ ਇਹ ਲੰਬੂ ਇਹ ਚਿੱਟਾ ਵੇਚਣ ਵਾਲਾ ਇਹ ਚਿੱਟੇ ਦਾ ਵਪਾਰੀ ਜਦ ਤੱਕ ਇਹ ਜੇਲ੍ਹ ਨਹੀਂ ਜਾਂਦਾ ਅਸੀਂ ਅੰਦੋਲਨ ਆਪਣਾ ਜਾਰੀ ਰੱਖਾਂਗੇ। ਅੰਦੋਲਨ ਜਾਰੀ ਰੱਖਾਂਗੇ, ਰੈਲੀ ਕੱਢਣੀ ਪਈ ਉਹ ਕੱਢਾਂਗੇ। ਹੁਣ ਮੈਂ ਇਹਦੇ ਚ ਰੈਲ ਤੈਅ ਕਰੂੰ ਕਿ ਕਰਨਾ ਕੀ ਹੈ ਤਾਂ ਨਵਜੋਤ ਸਿੰਘ ਸਿੱਧੂ ਮਗਰੋਂ ਮਗਰੀ ਫਿਰੂ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਮਜੀਠਾ ਵਿੱਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਹੈ ਕਿ ਜਦ ਤੱਕ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿੱਚ ਨਹੀਂ ਭੇਜਿਆ ਜਾਂਦਾ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਉਹਨਾਂ ਕਿਹਾ ਕਿ ਮਜੀਠਾ ਜੁਰਮ ਦੀ ਜੜ੍ਹ ਹੈ, ਇਸ ਲਈ ਇੱਥੇ ਆ ਕੇ ਇਸ ਜੁਰਮ ਖਿਲਾਫ਼ ਲੜਾਈ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਮੌਕੇ ਮਜੀਠੀਆ ਵੱਲੋਂ ਕੁੱਤਾ ਬਿੱਲੀ ਟੈਕਸ ਬਾਰੇ ਦਿੱਤੇ ਗਏ ਬਿਆਨ 'ਤੇ ਨਵਜੋਤ ਸਿੰਘ ਸਿੱਧੂ ਨੇ ਮਜੀਠੀਆ 'ਤੇ ਸ਼ਬਦੀ ਵਾਰ ਵੀ ਕੀਤਾ ਹੈ। ਉਹਨਾਂ ਕਿਹਾ ਹੈ ਕਿ ਉਹਨਾਂ ਨੇ ਅਜਿਹਾ ਕੋਈ ਵੀ ਟੈਕਸ ਨਹੀਂ ਲਗਾਇਆ ਹੈ। ਮਜੀਠੇ ਹਲਕੇ ਦੇ ਵਿੱਚ ਇੱਕ ਥੈਂਕਸ ਗਿਵਿੰਗ ਰੈਲੀ ਕੀਤੀ ਗਈ। ਹਾਂਜੀ, ਭਾਈ ਜਦੋਂ ਤੁਸੀਂ ਜੜ ਪੁੱਟ ਦਿੰਦੇ ਹੋ ਨਾ ਉਦੋਂ ਸਭ ਕੁਝ ਖਤਮ ਹੋ ਜਾਂਦਾ ਹੈ। ਅਤੇ ਜੇ ਪੰਜਾਬ ਦੇ ਵਿੱਚ ਜ਼ੁਲਮ ਦੀ ਕੋਈ ਜੜ ਸੀ, ਚਿੱਟੇ ਦੀ ਕੋਈ ਜੜ ਸੀ, ਔਰ ਅੱਤ ਖੁਦਾ ਦਾ ਵੈਰ ਕਹਿੰਦੇ ਜਿਹਨਾਂ ਨੂੰ ਰੱਬ ਭੁੱਲਿਆ ਸੀ, ਅਹੰਕਾਰ ਦੀ ਕੋਈ ਜੜ ਸੀ, ਅਤੇ ਉਹ ਇੱਥੇ ਸੀ। ਅਸੀਂ ਇਹ ਜੜ ਪੁੱਟਣੀ, ਔਰ ਜੜ ਪੁੱਟਣ ਦੇ ਲਈ ਆਲਟਰਨੇਟਿਵ ਵੀ ਦੇਣਾ ਪੈਂਦਾ, ਇਹ ਵੀ ਦੱਸਣਾ ਪੈਂਦਾ। ਦੇਖੋ, ਤਿੰਨ ਬੀਜੇਪੀ ਦੇ ਹਲਕੇ ਸੀ ਜਿਹੜੇ ਬੀਜੇਪੀ ਦੇ ਨਰੋਲ ਏਰੀਏ ਸੀ, 10-10 ਹਜ਼ਾਰ ਤੋਂ ਥੱਲੇ ਹਰੇ ਆ ਉਹ, ਅਤੇ ਉਦੋਂ ਬਾਅਦ 6 ਹਲਕੇ ਉਹ ਸੀ ਜਿਹੜੇ ਅਕਾਲੀ ਦਲ ਦੇ ਸੀ, ਔਰ ਇਹ ਉਹਦਾ ਇੰਚਾਰਜ ਸੀ। 45,000, 30,000, 35,000, ਇਸ ਕਰਕੇ ਇਹ ਕਿੱਥੋਂ ਦਾ ਲਾਣੇਦਾਰ ਬਣਿਆ ਫਿਰਦਾ ਹੈ, ਕਿੱਥੋਂ ਦਾ ਉਹ ਬਣਿਆ ਫਿਰਦਾ ਹੈ ਡੌਨ। ਤੁਰਨ ਦੀ ਤਾਕਤ ਨਹੀਂ ਨਾਮ ਮਜ਼ਬੂਤ ਖਾਂ, ਦਰਵਾਜ਼ੇ ਤਖਤੀ ਨਹੀਂ ਨਾਮ ਤਖਤ ਸਿੰਘ, ਪੱਟਦੀ ਅਸੀਂ ਇਹਦੀ ਤਖਤੀ। ਔਰ ਆਹ ਦੇਖੋ ਕਿਰਦਾਰ, ਸਰਦਾਰੀ, ਖੁਦਦਾਰੀ, ਇਹ ਹੈ ਜਰਨੈਲ। ਜਰਨੈਲ ਉਹ ਨਹੀਂ ਹੁੰਦੇ ਉਹ ਮਜੀਠੀਆ, ਜਰਨੈਲ ਉਹ ਨਹੀਂ ਹੁੰਦੇ ਜਿਹੜੇ ਚਿੱਟਾ ਵੇਚਦੇ ਆ, ਜਰਨੈਲ ਉਹ ਹੁੰਦੇ ਆ ਜਿਹਨਾਂ ਦੇ ਦਮਨ ਪਾਕ ਸਾਫ਼ ਚਿੱਟੇ ਹੁੰਦੇ ਆ। ਚਿੱਟੇ ਵੇਚਣ ਵਾਲੇ ਜਰਨੈਲ ਨਹੀਂ ਹੋ ਸਕਦੇ। ਆਹ ਮਰਿਆ ਭੁਆ ਕੇ ਤੈਨੂੰ, ਅਤੇ ਤੈਨੂੰ ਫਿਕਰ ਬੜੀ ਹੋ ਗਈ, ਜਦ ਦਾ ਮੈਂ ਤੈਨੂੰ ਡੱਬੂ ਗਿਆ, ਤੈਨੂੰ ਆਪਣੇ ਭਾਈਚਾਰੇ ਦੀ ਬੜੀ ਫਿਕਰ ਹੋ ਗਈ, ਲੈ ਮੈਂ ਤੈਨੂੰ ਇਹ ਵੀ ਗਿਫਟ ਦੇ ਕੇ ਚੱਲਿਆ ਬਈ ਕਿਸੇ ਤੇਰੇ ਭਾਈਚਾਰੇ 'ਤੇ ਕੋਈ ਟੈਕਸ ਨਹੀਂ ਹੈ, ਇਹ ਸਿਰਫ ਤੁਹਾਡੀਆਂ ਸ਼ੁਰਲੀਆਂ ਨੇ। ਹਾਂਜੀ, ਇਹ ਸਿਰਫ ਤੁਹਾਡੀਆਂ ਸ਼ੁਕਰੀਆਂ ਨੇ। ਅਖਬਾਰਾਂ 'ਚ ਵਿਕਾਸ ਕਰਾਇਆ, ਲੋਕਾਂ ਦਾ ਮੂਰਖ ਬਣਾਇਆ, ਕੁੱਟਣ ਅਤੇ ਲੁੱਟਣ ਤੋਂ ਵਿਹਲ ਨਹੀਂ ਮਿਲਿਆ, ਧੂੜ 'ਚ ਟੱਟੂ ਉਡਾਇਆ, ਇਹ ਵੀ ਧੂੜ 'ਚ ਟੱਟੂ ਸੀ, ਇਹਦਾ ਜਵਾਬ ਵੀ ਦੇ ਕੇ ਚੱਲਿਆ। ਜਿਹੜਾ ਟੈਕਸ ਲਾਇਆ ਜਾ ਰਿਹਾ ਕਿਹਾ ਜਾ ਰਿਹਾ ਤੇ ਪਹਿਲਾਂ ਤੋਂ ਮਿਊਨਸੀਪਲ ਕਾਰਪੋਰੇਸ਼ਨ ਨੇ, ਉਹ ਭਾਈ ਕੋਈ ਹੈ ਹੀ ਨਹੀਂ, ਨਾ ਨੋਟੀਫਿਕੇਸ਼ਨ ਹੈ ਕੋਈ ਹੋਰ ਹੈ, ਧੂੜ 'ਚ ਟੱਟੂ ਹੈ ਇਹਦਾ ਮਜੀਠੀਏ ਦਾ, ਸਮਝ ਨਹੀਂ। ਇਹਨੂੰ ਆਪਣੇ ਭਾਈਚਾਰੇ ਦੀ ਫਿਕਰ ਹੈ, ਚਲੋ ਕੋਈ ਨਹੀਂ, ਇਹਨੂੰ ਗਿਫਟ ਦੇ ਦਿੱਤੀ, ਅੱਗੇ ਚੱਲੋ। ਹੁਣ ਤੀਸਰੀ ਚੀਜ਼ ਮੈਂ ਇੱਕ ਗੱਲ ਹੋਰ ਕਹੀ ਹੈ ਜਿਹੜਾ ਕਿ ਬਹੁਤ ਵੱਡਾ ਮੁੱਦਾ ਹੈ। ਮੈਂ ਹਮੇਸ਼ਾ ਇਹ ਸੋਚਦਾ ਕਿ ਸਾਡਾ ਜਿਹੜਾ ਕਾਂਸਟੀਟਿਊਸ਼ਨ ਹੈ, ਸਾਡਾ ਸੰਵਿਧਾਨ ਹੈ, ਬਹੁਤ ਵੱਡਾ ਹੈ, ਔਰ ਉਹ ਸਾਡੇ ਜਿਹੜੇ ਪੂਰਵਜ ਗੁਰੂ ਪੀਰ ਪੈਗੰਬਰ ਉਹਨਾਂ ਨੇ ਇੱਕ ਗੱਲ ਕਹੀ ਸੀ, ਸਰਬੱਤ ਦਾ ਭਲਾ, ਉਹਨਾਂ ਨੇ ਕਿਹਾ ਸੀ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਔਰ ਉਸੇ ਕਰਕੇ ਉਹ ਕੋਨਸਟੀਟਿਊਸ਼ਨ ਅੰਬੇਡਕਰ ਸਾਹਿਬ ਵਰਗਿਆਂ ਨੇ ਰਚਿਆ, ਉਹਨਾਂ ਨੇ ਲਿਖਿਆ ਨੋ ਡਿਸਕ੍ਰਿਮੀਨੇਸ਼ਨ ਔਨ ਦੀ ਬੇਸਿਸ ਆਫ ਕਾਸਟ ਕਲਰ ਐਂਡ ਕ੍ਰੀਡ। ਦਰਬਾਰ ਸਾਹਿਬ ਦੇ ਚਾਰੇ ਦਰਵਾਜ਼ੇ ਖੁੱਲ੍ਹੇ,
ਕੋਈ ਜ਼ਾਤ ਨਹੀਂ ਪੁੱਛਦਾ, ਕੋਈ ਪਾਤ ਨਹੀਂ ਪੁੱਛਦਾ, ਚੌਵਰ ਹੈ ਬਿਲਕੁਲ ਛੋਟੇ ਭਾਈ ਵਾਹ। ਔਰ ਆਵਾਜ਼ ਗੂੰਜਦੀ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ। ਤੇ ਫਿਰ ਜਿਹੜੀ ਸਾਡੀ ਸਰਬ ਸਾਂਝੀ ਬਾਣੀ ਹੈ ਉਹ ਇਕੱਲੀ PTC ਤੇ ਕਿਉਂ ਆਵੇ ਭਾਈ, ਉਹ ਸੈਟੇਲਾਈਟ ਰਾਹੀਂ ਘਰ ਘਰ 'ਚ ਕਿਉਂ ਨਾ ਜਾਵੇ ਭਾਈ, ਪੂਰੇ ਵਿਸ਼ਵ 'ਚ ਕਿਉਂ ਨਾ ਜਾਵੇ ਭਾਈ, ਸਾਰੀ ਦੁਨੀਆ ਉਹਦਾ ਉਹ ਕਿਉਂ ਨਾ ਉਠਾਵੇ ਭਾਈ। ਤਾਜ ਮਹਿਲ 10,000 ਬੰਦੇ ਜਾਂਦੇ ਆ, ਸਾਡੇ ਦਰਬਾਰ ਸਾਹਿਬ 1,25,000 ਬੰਦਾ ਆਉਂਦਾ ਰੋਜ਼, ਜਿੰਨੇ ਟੋਟਲ ਪੰਜਾਬ 'ਚ ਨਹੀਂ ਆਉਂਦੇ ਉਹਨੇ ਰੋਜ਼ 1,25,000 ਬੰਦਾ, ਟੋਟਲ 8.8 million ਟੂਰਿਜ਼ਮ ਹੈ ਸਾਰੇ ਇੰਡੀਆ 'ਚ ਜਿਹੜੇ ਬਾਹਰੋਂ ਆਉਂਦੇ ਆ, ਅਤੇ ਦਰਬਾਰ ਸਾਹਿਬ ਇੱਕ ਦਿਨ 'ਚ 1,25,000 ਬੰਦਾ ਆਉਂਦਾ, ਕੋਈ ਐਡਵਰਟਾਈਜ਼ਮੈਂਟ ਨਹੀਂ ਹੁੰਦੀ। ਕਿਉਂ? ਕਿਉਂਕਿ ਕਿਸੇ ਨੇ ਮੰਨਤ ਮੰਗਣੀ ਹੈ, ਕਿਸੇ ਨੇ ਖਿਮਾ ਮੰਗਣੀ ਹੈ, ਇਹ ਸਾਡਾ ਤੁਰਾ ਪੰਜਾਬੀਅਤ ਦਾ ਤੁਰਾ। ਸੋ ਮੈਂ ਤਾਂ ਸੁੱਖੀ ਭਾਅ ਜੀ ਨਾਲ ਅਜਿਹੀ ਅਸੀਂ ਅਰਦਾਸ ਕਰਦੇ ਹਾਂ ਔਰ ਬੇਨਤੀ ਕਰਦੇ ਹਾਂ ਝੁੱਕ ਕੇ ਕਿ ਗੁਰੂ ਦੀ ਬਾਣੀ ਹਰ ਚੈਨਲ 'ਤੇ ਜਾਣੀ ਚਾਹੀਦੀ ਹੈ, ਹਰ ਘਰ 'ਚ ਜਾਣੀ ਚਾਹੀਦੀ ਹੈ, ਜਿੰਨੀ ਵੱਧ ਜਾਵੇ ਉਹਨਾਂ 'ਚ। ਤੁਹਾਨੂੰ ਦੱਸ ਦਈਏ ਕਿ ਅੱਜ ਮਜੀਠਾ ਵਿਧਾਨ ਸਭਾ ਹਲਕੇ ਵਿੱਚ ਲਾਲੀ ਮਜੀਠੀਆ ਦੀ ਅਗਵਾਈ ਹੇਠ ਗੁਰਦਾਸਪੁਰ ਤੋਂ ਸੁਨੀਲ ਜਾਖੜ ਵੱਲੋਂ ਚੋਣ ਜਿੱਤਣ 'ਤੇ ਧੰਨਵਾਦੀ ਰੈਲੀ ਰੱਖੀ ਗਈ ਸੀ। ਬਿਊਰੋ ਰਿਪੋਰਟ, ਪੰਜਾਬ ਟੂਡੇ।